1975 'ਤੇ ਲੱਗੀ ਐਮਰਜੈਂਸੀ ਨੂੰ ਅੱਜ ਯਾਦ ਕੀਤਾ ਜਾ ਰਿਹਾ। ਤਮਾਮ ਪੰਜਾਬ ਦੇ ਸੀਨੀਅਰ ਨੇਤਾ ਬੀਜੇਪੀ ਦੇ ਔਰ ਦੂਸਰੇ ਪਾਸੇ ਗੱਲ ਕਰੀਏ ਤਾਂ ਪੂਰੇ ਦੇਸ਼ ਭਰ ਦੇ ਵਿੱਚ ਇਹ ਐਮਰਜੈਂਸੀ ਨੂੰ ਯਾਦ ਕਰਕੇ ਉਸ ਵੇਲੇ ਦੇ ਜੇਕਰ ਹਾਲਾਤਾਂ ਨੂੰ ਯਾਦ ਕੀਤਾ ਉਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਕ ਤਰੀਕੇ ਦਾ। ਸੋ ਬੀਜੇਪੀ ਦੇ ਸੀਨੀਅਰ ਨੇਤਾ ਸਾਡੇ ਨਾਲ ਨੇ, ਮੋਹਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕਰਨਗੇ, ਗੱਲਬਾਤ ਕਰਦੇ ਹਾਂ। ਖੰਨਾ ਸਾਹਿਬ, ਕਿਸ ਤਰੀਕੇ ਨਾਲ ਅੱਜ ਦਾ ਦਿਨ ਨੂੰ ਯਾਦ ਕੀਤਾ ਜਾ ਰਿਹਾ? ਤਮਾਮ ਜਿਹੜੇ ਲੀਡਰ ਨੇ ਉਸ ਵੇਲੇ ਨੂੰ ਹਾਲਾਤਾਂ ਨੂੰ ਯਾਦ ਕਰ ਰਹੇ ਨੇ, ਉਸ ਵੇਲੇ ਕੀ ਹਾਲਾਤ ਸੀਗੇ ਉਹਨੂੰ ਯਾਦ ਕਰਕੇ ਰੋਸ ਇੱਕ ਤਰ੍ਹਾਂ ਦਾ ਦਿਲ ਵਿੱਚ ਪੈਦਾ ਕਰ ਰਹੇ? ਇਤਿਹਾਸ ਦਾ ਸਭ ਤੋਂ ਕਾਲਾ ਦਿਨ ਸੀ ਐਮਰਜੈਂਸੀ ਦਾ, ਜਦੋਂ ਸੰਵਿਧਾਨ ਨੂੰ ਸਸਪੈਂਡ ਕਰਕੇ, ਸੰਵਿਧਾਨ ਦੀਆਂ ਸਾਰੀਆਂ ਰਾਈਟਸ ਜਿਹੜੇ ਸੀ ਉਹ ਖਤਮ ਕਰਕੇ ਦੇਸ਼ ਦੇ ਵਿੱਚ ਐਮਰਜੈਂਸੀ ਲਗਾਈ ਗਈ ਸੀ ਔਰ 19 ਮਹੀਨੇ ਦੇ ਕਰੀਬ ਇਹ ਐਮਰਜੈਂਸੀ ਰਹੀ। ਔਰ ਸ਼ਾਇਦ ਉਸ ਸਮੇਂ ਤੁਹਾਡੀ ਉਮਰ ਕਿੰਨੀ ਹੋਗੀ ਮੈਨੂੰ ਪਤਾ ਨਹੀਂ, ਲੇਕਿਨ ਮੈਂ ਉਸ ਵੇਲੇ 10ਵੀਂ ਪੜ੍ਹਦਾ ਸੀਗਾ। ਸਾਨੂੰ ਪਤਾ ਕਿ ਸਾਡੇ ਜਿਹੜੇ ਲੀਡਰ ਸੀ, ਸੰਘ ਦੇ ਲੋਕ ਸੀਗੇ, ਉਹਨਾਂ ਨੂੰ ਕਿਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਜਿਹੜਾ ਹੈ ਲਿਜਾ ਕੇ ਤੜਫਾਇਆ ਜਾ ਰਿਹਾ ਸੀ, ਅਨਸੈਸਰੀ ਕੇਸ ਬਣਾਏ ਜਾ ਰਹੇ ਸੀਗੇ। 1,40,000 ਦੇ ਕਰੀਬ ਲੋਕ ਜਿਹੜੇ ਸੀ ਐਮਰਜੈਂਸੀ ਜੇਲ੍ਹ 'ਚ ਗਏ ਨੇ। ਸੰਵਿਧਾਨ ਬਹੁਤ ਮਿਹਨਤ ਨਾਲ ਇਸ ਦੇਸ਼ ਨੂੰ ਦਿੱਤਾ ਗਿਆ ਸੀ, ਬਾਬਾ ਸਾਹਿਬ ਨੇ ਆਪਣੀ ਤਿਆਰੀ ਕਰਕੇ ਦਿੱਤਾ, ਦੇਸ਼ ਆਜ਼ਾਦ ਹੋਇਆ, ਸੰਵਿਧਾਨ ਨਾਲ ਦੇਸ਼ ਚੱਲਿਆ। ਲੇਕਿਨ 75 ਵਿੱਚ ਇਸ ਸੰਵਿਧਾਨ ਦੀਆਂ ਧੱਜੀਆਂ ਜਿਸ ਤਰ੍ਹਾਂ ਉਡਾਈਆਂ ਗਈਆਂ, ਉਸਨੂੰ ਸਸਪੈਂਡ ਕਰਕੇ ਲੋਕਾਂ ਨਾਲ ਅੱਤਿਆਚਾਰ ਕੀਤਾ ਗਿਆ, ਉਹ ਗੱਲ ਅਸੀਂ ਕਾਰਿਆਕਰਤਾ ਨੂੰ ਜਦੋਂ ਮੈਂ ਇੱਥੇ ਬੋਲਾਂਗਾ ਮੈਂ ਦੱਸਾਂਗਾ ਕਿ ਕਿਸ ਤਰ੍ਹਾਂ ਕਾਰਿਆਕਰਤਾ ਜਿਹੜੇ ਸੀ ਉਹ ਸਫ਼ਰ ਉਹਨਾਂ ਨੇ ਕੀਤਾ, ਕਿਸ ਤਰ੍ਹਾਂ ਕਾਰਿਆਕਰਤਾ ਨੂੰ ਬਿਨਾਂ ਗੱਲ ਤੋਂ ਜੇਲ੍ਹ ਦੇ ਵਿੱਚ ਕੱਢਿਆ। ਨਾ ਕੋਈ ਵੇਲ ਹੁੰਦੀ ਸੀ, ਨਾ ਕੋਈ ਸੁਣਵਾਈ ਹੁੰਦੀ ਸੀ, ਸਿਰਫ ਅਤੇ ਸਿਰਫ ਬਿਨਾਂ ਟ੍ਰਾਇਲ ਤੋਂ ਜੇਲ੍ਹ। ਇਸ ਤਰ੍ਹਾਂ ਦਾ ਜਿੰਨੇ ਸਾਡੇ ਫੰਡਾਮੈਂਟਲ ਰਾਈਟ ਸੀ ਉਹ ਵੀ ਸਾਰੇ ਉਸ ਵੇਲੇ ਖਤਮ ਕਰਤੇ ਸੀ। ਔਰ ਪ੍ਰੈਸ 'ਤੇ ਵੀ ਬਹੁਤ ਵੱਡਾ ਹਮਲਾ ਸੀ, ਜੇ ਤੁਹਾਨੂੰ ਯਾਦ ਹੋਏਗਾ ਉਦੋਂ ਪ੍ਰਿੰਟਿੰਗ ਪ੍ਰੈਸ ਦਾ ਜ਼ਿਆਦਾ ਦੌਰ ਸੀਗਾ। ਉਸ ਵੇਲੇ ਅੱਧੀ ਅਖਬਾਰ ਜਿਹੜੀ ਸੀਗੀ ਉਹ 'ਚ ਲਿਖਿਆ ਹੁੰਦਾ ਕਿ ਸੈਂਸਰ ਕੀ ਭੇਟ, ਮਤਲਬ ਅਖਬਾਰ ਛਪਦੀ ਨਹੀਂ ਸੀ, ਇਹ ਹਾਲ ਸੀਗਾ। ਤੋ ਇਸ ਕਰਕੇ ਕਾਰਿਆਕਰਤਾ ਉਸ ਗੱਲ ਨੂੰ ਯਾਦ ਰੱਖਣ, ਅੱਜ ਰਾਹੁਲ ਜੀ ਹੱਥ ਵਿੱਚ ਸੰਵਿਧਾਨ ਫੜ ਕੇ ਪ੍ਰਚਾਰ ਕਰ ਰਹੇ ਆ ਕਿ ਅਸੀਂ ਸੰਵਿਧਾਨ ਦੇ ਰਕਸ਼ਕ ਹੈ, ਉਹ ਪੁੱਛੇਗੀ ਉਹਦੀ ਦਾਦੀ ਨੇ ਕਿਆ ਕੀਤਾ ਸੀ। ਜਿਸ ਤਰੀਕੇ ਨਾਲ ਤੁਸੀਂ ਹੁਣ ਗੱਲ ਕੀਤੀ ਰਾਹੁਲ ਗਾਂਧੀ ਦਾ ਜ਼ਿਕਰ ਹੋਇਆ, ਅਕਸਰ ਇਹ ਜ਼ਿਕਰ ਇਲੈਕਸ਼ਨਸ ਵਿੱਚ ਵੀ ਹੁੰਦਾ ਸੀ ਵੀ ਜੇਕਰ ਬੀਜੇਪੀ ਸਰਕਾਰ ਆਉਂਦੀ ਹੈ ਤਾਂ ਸੰਵਿਧਾਨ ਖਤਮ ਹੋ ਜਾਏਗਾ, ਕਾਨੂੰਨ ਖਤਮ ਹੋ ਜਾਏਗਾ, ਇਹ ਚੀਜ਼ਾਂ ਦਾ ਜ਼ਿਕਰ ਅਕਸਰ ਹੁੰਦਾ ਰਿਹਾ। ਸੋ ਉਸ ਵੇਲੇ ਦੇ ਕੀ ਹਾਲਾਤ ਸੀ, ਕਿਉਂਕਿ ਉਸ ਵੇਲੇ ਪ੍ਰਾਈਮ ਮਿਨਿਸਟਰ ਜਿਹੜੇ ਸੀਗੇ ਉਹਨਾਂ ਨੇ ਇਹ ਲਾਇਆ ਕਿਉਂ ਸੀ, ਕੀ ਹਾਲਾਤ ਸੀਗੇ, ਉਹਦਾ ਥੋੜ੍ਹਾ ਜ਼ਿਕਰ ਕਰ। ਹਾਲਾਤ ਕੋਈ ਨਹੀਂ ਸੀਗੇ, ਇੱਕ ਇਲੈਕਸ਼ਨ ਕਮਿਸ਼ਨ ਹਾਰਨ ਤੋਂ ਬਾਅਦ ਕਾਨੂੰਨ ਨੇ ਉਹਨਾਂ ਨੂੰ ਡਿਕਲੇਅਰ ਕਰਤਾ ਸੀ, ਡਿਸਕੁਆਲੀਫਾਈ ਕਰਤਾ ਸੀਗਾ। ਸਿਰਫ ਆਪਣੀ ਡਿਸਕੁਆਲੀਫਿਕੇਸ਼ਨ ਤੋਂ ਬਚਣ ਦੇ ਲਈ ਉਹਨਾਂ ਨੇ ਇਹ ਰਸਤਾ ਅਪਣਾਇਆ ਔਰ ਰਾਤੋ ਰਾਤ ਜਿਹੜਾ ਸੀਗਾ ਕੰਸਟੀਟਿਊਸ਼ਨ ਨੂੰ ਸਸਪੈਂਡ ਕਰਕੇ ਇੱਕ ਐਮਰਜੈਂਸੀ ਜਿਹੜੀ ਸੀ ਉਹ ਘੋਸ਼ਿਤ ਕਰਤੀ ਔਰ ਸਾਰੀਆਂ ਪਾਵਰਾਂ ਜਿਹੜੀਆਂ ਸੀਗੀਆਂ ਉਹ ਸੈਂਟਰਲਾਈਜ਼ ਹੋ ਗਈਆਂ ਪ੍ਰਾਈਮ ਮਿਨਿਸਟਰ ਦੇ ਵਿੱਚ, ਇੰਦਰਾ ਗਾਂਧੀ ਦੇ ਵਿੱਚ। ਔਰ ਉਸ ਤੋਂ ਬਾਅਦ ਜੋ ਕੁਛ ਹੋਇਆ ਐਮਰਜੈਂਸੀ ਦੇ ਵਿੱਚ ਦੌਰਾਨ ਜੋ ਹੋਇਆ, ਆਵਾਜ਼ ਤਾਂ ਕਿਸੇ ਨੇ ਕੀ ਉਠਾਉਣੀ, ਕਿਸੇ ਦਾ ਇਹ ਵੀ ਪਤਾ ਲੱਗਦਾ ਸੀ ਕਿ ਕਿਸੇ ਵਿਰੋਧੀ ਪਾਰਟੀ ਦਾ ਬੰਦਾ ਆ ਉਹ ਚੱਕ ਕੇ ਅੰਦਰ ਦੇ ਦਿੱਤਾ ਜਾਂਦਾ ਸੀ। ਮੈਂ ਕਹਿੰਦਾ ਵੀ 1,40,000 ਲੋਕਾਂ ਨੂੰ ਅੰਦਰ ਦੇ ਦੇਣਾ ਉਸ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਸੀ। ਦੂਸਰੇ ਪਾਸੇ ਚੱਲੀਏ ਤਾਂ ਸ਼ੰਭੂ ਖਨੌਰੀ ਔਰ ਰਾਜਸਥਾਨ ਬਾਰਡਰ ਦੇ ਜਿਹੜੇ ਧਰਨੇ ਲੱਗੇ ਹੋਏ ਕਿਸਾਨਾਂ ਦਾ, ਕੋਈ ਗੱਲਬਾਤ ਹੋਈ ਹੈ, ਕੋਈ ਜ਼ਿਕਰ ਕੀਤਾ ਹੈ ਉਸ ਬਾਰੇ ਵੀ ਅਸੀਂ ਉਸ ਧਰਨੇ ਨੂੰ ਖਤਮ ਕਰਨਾ ਬੀਜੇਪੀ ਵੱਲੋਂ, ਕੋਈ ਇਸ ਤਰੀਕੇ ਦੀ ਉਪਰਾਲਾ ਕੀਤਾ ਗਿਆ ਹੁਣ ਤੱਕ? ਅਸੀਂ ਤਾਂ ਬਹੁਤ ਉਪਰਾਲੇ ਕੀਤੇ ਨੇ, 3 ਮੰਤਰੀਆਂ ਦੀ ਡਿਊਟੀ ਵੀ ਲੱਗੀ ਰਹੀ ਹੈ ਕਿ ਤੁਸੀਂ ਇਸ ਕੰਮ 'ਚ ਨਾ ਪਾਓ। ਧਰਨਾ ਲੱਗ ਕੇ ਰਜਿਸਟ੍ਰੇਸ਼ਨ ਕਰਕੇ ਕਿਸਾਨ ਨੂੰ ਮੇਰਾ ਖਿਆਲ ਹੈ ਕਿ ਉਹਨੂੰ ਆਪਣੀ ਖੇਤ ਫਸਲ ਵੱਲ ਧਿਆਨ ਦੇਣਾ ਚਾਹੀਦਾ। ਸਰਕਾਰਾਂ ਇਸੇ ਕਰਕੇ ਹੁੰਦੀਆਂ ਨੇ ਕਿ ਕਿਸੇ ਨੂੰ ਤਕਲੀਫ ਹੈ ਉਹਦੇ ਹੱਲ ਕਰੀਏ। ਹੁਣੇ MSP ਜਿਹੜੀ ਹੈ ਉਹ ਵਧਾਈ ਗਈ ਹੈ ਅਤੇ ਇਸ ਕੋਈ ਮੰਗ ਨਹੀਂ ਸੀਗੀ, ਅਸੀਂ 14 ਉੱਤੇ MSP ਵਧਾਈ ਹੈ ਔਰ ਇੱਕ ਪਰਮਾਨੈਂਟ MSP ਦਾ ਫਾਰਮੂਲਾ ਵੀ ਜਿਹੜਾ ਹੈ ਤੈਅ ਕਰਤਾ ਹੈ। ਫਿਰ ਵੀ ਕਿਸਾਨਾਂ ਨੂੰ ਕੋਈ ਡਾਊਟ ਹੈ ਤਾਂ ਉਹਦੇ ਬੈਠ ਕੇ ਹੱਲ ਨਿਕਲ ਸਕਦਾ।
ਧਰਨੇ 'ਤੇ ਬੈਠ ਕੇ ਕੋਈ ਹੱਲ ਨਹੀਂ ਹੈ ਨਾ। ਠੀਕ ਹੈ ਕੋਈ ਨਿਊਜ਼ ਬਣ ਜਾਂਦੀ ਹੋਏਗੀ ਉਹਦਾ ਕੋਈ ਫਰਕ, ਲੇਕਿਨ ਹੱਲ ਜਿਹੜਾ ਹੈ ਅਲਟੀਮੇਟਲੀ ਗੱਲਬਾਤ ਨਾਲ ਨਿਕਲਣਾ, ਸੰਵਿਧਾਨ ਸਮਾਧਾਨ ਹੈ ਜਿਹੜਾ ਉਹ ਗੱਲਬਾਤ ਨਾਲ ਨਿਕਲਣਾ ਜੀ। ਚਰਚਾ ਇਹ ਵੀ ਹੈ ਵੀ ਉਹਨਾਂ ਦੇ ਲਾਗਲੇ ਪਿੰਡ ਜਿਹੜੇ ਨੇ ਉਹ ਵੀ ਵਿਰੋਧ ਕਰਨਾ ਸ਼ੁਰੂ ਕਰ ਗਏ ਵੀ ਤੁਸੀਂ ਇੱਥੋਂ ਧਰਨਾ ਉਠਾਓ, ਕਿਉਂਕਿ ਸਾਨੂੰ ਜੇਕਰ ਸ਼ੰਭੂ ਤੋਂ ਅੰਬਾਲੇ ਜਾਣਾ ਤਾਂ ਜਿਹੜਾ 15 ਮਿੰਟ ਦਾ ਰਸਤਾ ਉਸ 2 ਘੰਟੇ ਲੱਗਦੇ ਆ ਜਾਣ ਨੂੰ। ਪਿਛਲੇ ਦਿਨ ਇਹ ਵੀ ਚਰਚਾ ਸੀ, ਇੱਕ ਔਰਤ ਦੀ ਮੌਤ ਵੀ ਹੋਈ ਹੈ ਗਰਮੀ ਕਾਰਨ, ਲੇਕਿਨ ਉੱਥੇ ਜੇਕਰ ਰਸਤੇ ਦੇ ਵਿੱਚੋਂ ਨਿਕਲ ਜਾਂਦੀ ਤਾਂ ਸ਼ਾਇਦ ਉਹ ਵੱਜ ਜਾਂਦੀ। ਤੁਹਾਡਾ ਕੀ ਕਹਿਣਾ? ਦੇਖੋ ਲੋਕਾਂ ਨੂੰ ਤਕਲੀਫ ਤਾਂ ਹੁੰਦੀ ਹੈ, ਲੇਕਿਨ ਬਾਕੀ ਗੱਲਾਂ 'ਤੇ ਮੈਂ ਕਮੈਂਟ ਨਹੀਂ ਕਰਨਾ। ਉਹਨਾਂ ਦਾ ਇੱਕ ਡੈਮੋਕ੍ਰੇਟਿਕ ਰਾਈਟ ਹੈ, ਉਹ ਕਰ ਰਹੇ ਆ, ਲੇਕਿਨ ਮੇਰੀ ਐਡਵਾਈਸ ਹੈ, ਮੇਰੀ ਰਿਕੁਐਸਟ ਹੈ, ਪਾਰਟੀ ਦੀ ਰਿਕੁਐਸਟ ਹੈ ਕਿ ਧਰਨੇ ਤੋਂ ਉੱਠ ਕੇ ਗੱਲਬਾਤ ਦੇ ਚੈਨਲ ਤੱਕ। ਮੇਰਾ ਆਖਰੀ ਸਵਾਲ ਹੈ, ਤੁਹਾਡੀ ਗੱਠਬੰਧਨ ਵਾਲੀ ਪਾਰਟੀ ਜਿਹੜੀ ਸੀ ਅਕਾਲੀ ਦਲ, ਕਿਤੇ ਨਾ ਕਿਤੇ ਦੁਫਾੜ ਹੁੰਦੀ ਨਜ਼ਰ ਆ ਰਹੀ ਹੈ। ਜਲੰਧਰ ਦੇ ਵਿੱਚ ਵੱਡਾ ਇਕੱਠ ਕੀਤਾ, ਚੰਦੂ ਮਾਜਰਾ ਸਮੇਤ ਹੋਰ ਕਈ ਲੀਡਰ ਸੀ, ਉਹਨਾਂ ਨੇ ਮਤਾ ਪਾਸ ਕੀਤਾ ਵੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਇੱਥੇ ਮੈਂ ਕਮੈਂਟ ਨਹੀਂ ਕਰਨਾ, ਉਹਨਾਂ ਦਾ ਪਾਰਟੀ ਦੇ ਅੰਡਰ ਮਾਮਲਾ ਆ, ਉਹ ਇੱਕ ਫਾੜ ਹੋਵੇ 2 ਫਾੜ ਹੋਵੇ ਉੱਤੇ ਕਮੈਂਟ ਉਹੀ ਕਰ ਸਕਦੇ ਨੇ ਵੀ ਕਿਉਂ ਉਹ ਇੱਦਾਂ ਦੀਆਂ ਗੱਲਾਂ ਕਰ ਰਹੇ ਨੇ। ਪੰਜਾਬ ਦੇ ਵਿੱਚ ਬੀਜੇਪੀ ਦੇ ਕੀ ਸਿਚੁਏਸ਼ਨ ਆਉਣ ਵਾਲੇ ਇਲੈਕਸ਼ਨਸ ਵਿੱਚ ਕਿਵੇਂ? ਬਿਲਕੁਲ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ 100% ਬਣੇਗੀ। ਅੱਜ 18% ਵੋਟ ਲੈ ਕੇ ਅਸੀਂ ਇਸ ਪੋਜੀਸ਼ਨ 'ਚ ਆ ਗਏ ਹਾਂ ਕਿ ਅਗਲੀ ਲੜਾਈ ਜਿਹੜੀ ਹੈ ਉਹ ਲੜਨ ਲਈ ਅਸੀਂ ਤਿਆਰ ਹੈ। ਬਿਲਕੁਲ, ਧੰਨਵਾਦ ਅਵਿਨਾਸ਼ ਰਾਏ ਖੰਨਾ ਸਾਡੇ ਨਾਲ ਸੀਗੇ। ਤਮਾਮ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ ਔਰ ਅੱਜ ਦੇ ਦਿਨ ਨੂੰ ਯਾਦ ਕਰਕੇ ਆਪਣੇ ਵਰਕਰਸ ਨਾਲ ਮੀਟਿੰਗਸ ਜਿਹੜੀ ਸੀਗੀ ਉਹ ਵੀ ਕੀਤੀ ਜਾ ਰਹੀ ਹੈ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸਵੇਰਾ ਟੀਵੀ ਮੋਹਾਲੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।